ਮੇਰਾ ਬੇਟਾ ਬਾਹਰ ਵਿਦੇਸ਼ ਵਿੱਚ ਗਿਆ ਹੈ। ਉਹਦੇ ਪਾਪਾ ਦੀ ਡੈਥ ਹੋ ਗਈ, ਛੋਟਾ ਸੀ ਜਦੋਂ ਮੈਂ। ਉਹਦੇ ਪਾਪਾ ਦੀ ਡੈਥ ਹੋ ਗਈ, ਬੜੀ ਮੁਸ਼ਕਲ, 1 ਕਿੱਲਾ ਜ਼ਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲਿਆ, ਫਿਰ ਮੁੜ ਕੇ ਪੜ੍ਹਾਇਆ, ਬਹੁਤ ਮੁਸ਼ਕਲ। ਬੈਂਡ ਆ ਗਏ, ਬਾਹਰ ਭੇਜਿਆ, ਕਰਜ਼ਾ ਕੁਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ। ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ, ਅਜੇ 1 ਸਾਲ ਨਹੀਂ ਹੋਇਆ, ਘੱਟ 1 ਮਹੀਨਾ ਅਜੇ। ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ, ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ। ਪਹਿਲਾਂ ਗੱਲ ਕੀਤੀ ਮੇਰੇ ਨਾਲ, ਸ਼ਨੀਵਾਰ ਸਵੇਰੇ ਬਹੁਤ ਸੋਹਣੀ ਗੱਲ ਕੀਤੀ। ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ, ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ, ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ। ਪਹਿਲਾਂ ਇਹਦੇ ਤਾਏ ਦੀ ਹੋ ਗਈ, ਫਿਰ ਇਹਦੇ ਡੈਡੀ ਦੀ ਹੋ ਗਈ, ਫਿਰ ਚਾਚੇ ਦੀ ਹੋ ਗਈ, ਬਾਅਦ 'ਚ ਉਹਦੇ ਚਾਚੀ ਦੀ ਵੀ ਹੋ ਗਈ, ਅਤੇ ਬਾਅਦ 'ਚ ਬਜ਼ੁਰਗਾਂ ਦੀ, ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ। 1 ਸਾਲ ਨਹੀਂ ਹੋਇਆ, 1.5 ਸਾਲ ਹੋਇਆ ਵਾ। ਇਹਦੇ ਚਾਚੇ ਦਾ ਪੁੱਤਰ ਸੀ, ਉਹ ਵੀ ਕਰੇਨ ਚਲਾਉਂਦਾ ਸੀ, ਉਹ ਅੰਬਾਲੇ, ਉਹ ਵੀ ਪੋਤੀ ਉੱਥੇ, ਜਿੱਦਾਂ ਅਚਨਚੇਤੀ ਮੌਤ ਹੋਈ। ਅਤੇ ਹੁਣ ਅਜੇ 1.5 ਸਾਲ ਹੋਈ, ਅਤੇ ਹੁਣ ਆਹ ਜਿਹੜੀ ਸੱਟ ਪੈ ਗਈ, ਬਹੁਤ ਵੱਡੀ ਸੱਟ ਪਈ ਆ, ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੋਗਾ ਨਹੀਂ, ਨਾ ਅਸੀਂ ਇਹਨੂੰ ਕੋਈ ਹੌਂਸਲਾ ਦੇਣ ਜੋਗੇ ਹਾਂ। ਕਹਿੰਦੇ ਆਸਰੇ ਨੂੰ ਹੌਂਸਲਾ ਦੇ ਗਏ, ਮੇਰੀ ਗਰੀਬਣੀ ਦੀ ਮਦਦ ਕਰੋ, ਮੇਰਾ ਪੁੱਤ ਆ ਜਾਏ ਇੱਥੇ। ਲੋਕ ਭਲਾਈ ਸੰਸਥਾ ਜਿਹੜੀ ਆ, ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ, ਅਤੇ ਉਹ ਲਾਸ ਇੱਥੇ ਡੈੱਡ ਬੱਡੀ ਆ ਜਾਏ। ਮੇਰਾ ਬੇਟਾ ਬਾਹਰ ਵਿਦੇਸ਼ ਵਿੱਚ ਗਿਆ ਹੈ, ਉਹਦੇ ਪਾਪਾ ਦੀ ਡੈਥ ਹੋ ਗਈ, ਛੋਟਾ ਸੀ ਜਦੋਂ ਮੈਂ। ਉਹਦੇ ਪਾਪਾ ਦੀ ਡੈਥ ਹੋ ਗਈ, ਬੜੀ ਮੁਸ਼ਕਲ, 1 ਕਿੱਲਾ ਜ਼ਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲਿਆ, ਫਿਰ ਮੁੜ ਕੇ ਪੜ੍ਹਾਇਆ, ਬਹੁਤ ਮੁਸ਼ਕਲ। ਬੈਂਡ ਆ ਗਏ, ਬਾਹਰ ਭੇਜਿਆ, ਕਰਜ਼ਾ ਕੁਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ। ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ, ਅਜੇ 1 ਸਾਲ ਨਹੀਂ ਹੋਇਆ, ਘੱਟ 1 ਮਹੀਨਾ ਅਜੇ। ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ, ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ। ਪਹਿਲਾਂ ਗੱਲ ਕੀਤੀ ਮੇਰੇ ਨਾਲ, ਸ਼ਨੀਵਾਰ ਸਵੇਰੇ ਬਹੁਤ ਸੋਹਣੀ ਗੱਲ ਕੀਤੀ। ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ, ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ, ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ। ਮੇਰੀ ਗਰੀਬਣੀ ਦੀ ਮਦਦ ਕਰੋ, ਮੇਰਾ ਪੁੱਤ ਆ ਜਾਏ ਇੱਥੇ। ਹੋਰ ਵੀ ਮੇਰੀ ਕਿਰਪਾ, ਮਦਦ ਕਰੋ, ਜੋ ਵੀ ਕਰ ਸਕਦੇ ਜੇ। ਅਜੇ 11 ਕੁ ਮਹੀਨੇ ਹੋ ਗਏ, 5ਵੇਂ ਮਹੀਨੇ ਹੋਣਾ ਵਾ, 2 ਤਰੀਕ ਨੂੰ। ਆਪਣੀ ਡਿਊਟੀ ਤੋਂ ਆਇਆ ਸੀ, 11 ਵਜੇ ਰੋਟੀ ਖਾ ਕੇ ਸੁੱਤਾ ਸੀ, ਰਾਜਮਾਂਹ ਪਿਆ ਗਏ, ਸਵੇਰੇ ਸਬਜ਼ੀ ਬਣਾਉਣੀ ਆ। ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ, ਸੁੱਤਿਆਂ ਅਟੈਕ ਹੋ ਗਿਆ। ਉੱਥੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਸੀ ਕੰਮ, ਤੇ ਨਾਲ ਫੋਟੋਗ੍ਰਾਫਰੀ ਦਾ ਵੀ ਕਰਦਾ ਸੀ ਕੰਮ ਉੱਥੇ, ਅਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ। ਮੇਰਾ ਪੁੱਤ ਬੜਾ ਬੀਬਾ ਹੈ, ਨਾਲ ਪੜ੍ਹਾਈ ਵੀ ਕਰਦਾ ਸੀ ਮੇਰਾ ਪੁੱਤ। ਕਮਰੇ 'ਚ ਰਾਤ ਸੁੱਤਿਆ ਹੋ ਗਿਆ, ਚੰਗਾ ਭਲਾ ਆਇਆ ਉੱਥੋਂ ਕੰਮ ਤੋਂ, ਆਪਣੇ ਆਣ ਕੇ ਰੋਟੀ ਖਾਧੀ ਆ, 11 ਵਜੇ ਕਹਿੰਦੇ ਸੁੱਤਾ ਵਾ, ਪਤਾ ਨਹੀਂ ਕੀ ਹੋਇਆ ਇਕਦਮ ਕਹਿੰਦੇ ਨੀਲਾ ਹੋ ਗਿਆ, ਮੂੰਹ 'ਚੋਂ ਝੱਗ ਵਗਣ ਡਿਆ ਵੀ ਮੇਰੇ ਪੁੱਤ 'ਤੇ। ਮੈਂ ਸਵੇਰੇ ਫੋਨ ਲਾਵਾਂ, ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ। ਮੈਂ ਫੋਨ ਲਾਈ ਗਈ, ਫਿਰ ਉੱਥੋਂ ਕਿਸੇ ਗੋਰੇ ਨੇ ਫੋਨ ਚੁੱਕਿਆ। ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ, ਮੈਨੂੰ ਸਮਝ ਨਾ ਲੱਗੀ, ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ, ਉਹਨਾਂ ਕਿਹਾ ਵੀ ਆ ਇੱਦਾਂ ਹੋਇਆ ਵਾ, ਉਹਨਾਂ
11 ਵਜੇ ਆਣ ਕੇ ਰੋਟੀ ਖਾਧੀ ਆ, ਰੋਟੀ ਖਾ ਕੇ ਤੇ ਸੁੱਤਾ ਵਾ, ਤੇ ਉੱਥੇ ਵੀ ਸਬਜ਼ੀ ਸਵੇਰੇ ਬਣਾਉਣ ਵਾਸਤੇ ਰਾਜਮਾਂਹ ਭੇਜ ਗਿਆ ਆ ਵਾ, ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ। ਉਹਨਾਂ ਵੀ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ, ਜਦੋਂ ਫੋਨ ਨਹੀਂ ਉਹਨੇ ਚੁੱਕਿਆ। ਮੇਰੀ ਗਰੀਬਣੀ ਦੀ ਮਦਦ ਕਰੀ ਜੇ, ਮੇਰਾ ਬੱਚਾ ਇੱਥੇ ਆ ਜੇ, ਹੋਰ ਵੀ ਮੇਰੀ ਹੈਲਪ ਕੀਤੀ ਜਾਵੇ। ਮੇਰਾ ਆਸਰਾ ਨਹੀਂ ਗਾ ਕੋਈ ਰਿਹਾ, ਮੇਰਾ ਕੋਈ ਆਸਰਾ ਨਹੀਂ ਰਿਹਾ। ਮੇਰਾ ਪੋਤੀ ਕੋਈ ਕੋ, ਮੇਰਾ ਪੁੱਤੂ ਹੀ ਉਹ ਵੀ ਚਲ ਗਿਆ, ਮੇਰਾ ਪੁੱਤੂ ਚਲ ਗਿਆ ਵਾ ਦੁਨੀਆ ਤੋਂ, ਉਹਦੇ ਪਾਪਾ ਵੀ ਹੈ ਨਹੀਂ। 2013 'ਚ ਇਹਦੇ ਡੈਡੀ ਦੀ ਡੈਥ ਹੋ ਗਈ, ਅਤੇ ਮੁੜ ਕੇ ਪਹਿਲਾਂ ਇਹਦੇ ਤਾਏ ਦੀ ਹੋ ਗਈ, ਫਿਰ ਇਹਦੇ ਡੈਡੀ ਦੀ ਹੋ ਗਈ, ਫਿਰ ਚਾਚੇ ਦੀ ਹੋ ਗਈ, ਬਾਅਦ 'ਚ ਉਹਦੇ ਚਾਚੀ ਦੀ ਵੀ ਹੋ ਗਈ, ਅਤੇ ਬਾਅਦ 'ਚ ਬਜ਼ੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ। 1 ਸਾਲ ਨਹੀਂ ਹੋਇਆ, 1.5 ਕੁ ਸਾਲ ਹੋਇਆ ਵਾ, ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕਰੇਨ ਚਲਾਉਂਦਾ ਸੀ, ਉਹ ਅੰਬਾਲੇ, ਉਹ ਵੀ ਉੱਥੇ ਉੱਥੇ ਜਿੱਦਾਂ ਅਚਨ ਚੇਤੀ ਮੌਤ ਹੋਈ। ਅਤੇ ਹੁਣ ਅਜੇ 1.5 ਸਾਲ ਹੋਈ, ਅਤੇ ਹੁਣ ਆਹ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸੱਟ ਪਈ ਆ, ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੋਗਾ ਨਹੀਂ, ਨਾ ਹੀ ਇਹਨੂੰ ਕੋਈ ਹੌਂਸਲਾ ਦੇਣ ਜੋਗੇ ਹਾਂ ਵੀ ਕਹਦੇ ਆਸਰੇ ਇਹਨੂੰ ਹੌਂਸਲਾ ਦੇਈਏ। ਬਾਕੀ ਅਸੀਂ ਸਰਕਾਰ ਕੋਲ, ਪੰਜਾਬ ਸਰਕਾਰ ਕੋਲ, ਸੈਂਟਰ ਸਰਕਾਰ ਕੋਲ ਅਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਉਹਨਾਂ ਨੂੰ ਹੱਥ ਜੋੜ ਕੇ ਵੀ ਕੋਈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਵੀ ਬਹੁਤ ਗਰੀਬ ਪਰਿਵਾਰ ਆ, ਜਿਹੜੀ 1 ਕਿੱਲਾ ਪੈਲੀ ਹੈ, 1 ਕਿੱਲੇ 'ਚ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ, ਅਤੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੇ। ਹਾਂਜੀ ਹਾਂਜੀ, ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ ਫੁੜ ਕੇ ਸਾਰਿਆਂ ਮਦਦ ਕੀਤੀ ਥੋੜ੍ਹੀ ਬਹੁਤੀ, ਜਿੰਨੀ ਜਿੰਨੀ ਹੁਣ ਕਰਨ ਯੋਗ ਸੀ। ਅਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ, 1 ਸਾਲ ਵੀ ਨਹੀਂ ਹੋਇਆ ਜੇ, ਅਤੇ ਆਹ ਪਈ ਦੇ 31 ਤਰੀਕ ਨੂੰ ਸਵੇਰੇ 7-8 ਵਜੇ 8:30 ਵਜੇ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ। ਅਤੇ ਉਦੋਂ ਦੇ ਰੋ ਰੋ ਕੇ ਕਲਾਬ, ਬੁਰਾ ਹਾਲ ਹੋ ਗਿਆ ਇੱਕ ਪਰਿਵਾਰ ਦਾ ਸਾਰੇ ਦਾ, ਕੋਈ ਕਹਿਣ ਵਾਲੀ ਗੱਲ ਨਹੀਂ ਜੀ, ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ। ਜਿਹੜਾ ਅਸੀਂ ਤਾਂ ਸਰਕਾਰਾਂ ਕੋਲ ਇਹ ਬੇਨਤੀ ਕਰਦਾ, ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ, ਅਤੇ ਉਹ ਲਾਸ਼ ਇੱਥੇ ਡੈੱਡ ਵੱਡੀ ਆ ਜੇ ਉਹ।